ਤੁਹਾਡੇ ਸਾਹਮਣੇ ਸੀਸੀਟੀਵੀ ਤਸਵੀਰਾਂ ਨੇ ਅੰਮ੍ਰਿਤਸਰ ਦੇ ਸੁਲਤਾਨ ਪਿੰਡ ਇਲਾਕੇ ਦੀਆਂ, ਜਿੱਥੇ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਕਿਵੇਂ 15 ਤੋਂ 20 ਦੇ ਕਰੀਬ ਹਥਿਆਰਬੰਦ ਨੌਜਵਾਨ ਨਜ਼ਰ ਆ ਰਹੇ ਨੇ, ਜੋ ਸ਼ਰੇਆਮ ਇੰਝ ਘੁੰਮ ਰਹੇ ਨੇ ਜਿਵੇਂ ਇਹਨਾਂ ਨੂੰ ਪੁਲਿਸ ਤੇ ਪ੍ਰਸ਼ਾਸਨ ਦਾ ਕੋਈ ਡਰ ਨਹੀਂ ਹੁੰਦਾ। ਤੇ ਅਜਿਹਾ ਸਾਫ ਜ਼ਾਹਿਰ ਵੀ ਹੋ ਗਿਆ ਇਹਨਾਂ ਵੱਲੋਂ ਅੰਜਾਮ ਦਿੱਤੀ ਵਾਰਦਾਤ ਦੀ ਘਟਨਾ ਤੋਂ, ਜਿੱਥੇ ਇਹਨਾਂ ਨੌਜਵਾਨਾਂ ਨੇ ਪੁਰਾਣੀ ਰੰਜਿਸ਼ ਤੇ ਚੱਲਦਿਆਂ ਸੜਕ ਤੇ ਖੜੇ ਕੁਝ ਨੌਜਵਾਨਾਂ ਤੇ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ ਤੇ ਉਹ ਘਟਨਾ ਕੈਮਰਿਆਂ 'ਚ ਕੈਦ ਨਾ ਹੋ ਸਕੀ। ਪਰ ਉਸ ਹਮਲੇ ਤੋਂ ਬਾਅਦ ਗੋਲੀਆਂ ਨਾਲ ਫੱਟਰ ਹੋਏ ਨੌਜਵਾਨ ਹਸਪਤਾਲ ਜ਼ਰੂਰ ਪਹੁੰਚ ਗਏ ਤੇ ਖੈਰ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਉੱਥੇ ਜ਼ਖਮੀ ਹੋਏ ਨੌਜਵਾਨ ਰੌਬਨ ਮੁਤਾਬਕ ਉਹਨਾਂ ਦੀ ਪੁਰਾਣੀ ਰੰਜਿਸ਼ ਸੀ, ਜਦੋਂ ਇਹਨਾਂ ਨੌਜਵਾਨਾਂ 'ਚੋਂ ਕਿਸੇ ਵੱਲੋਂ ਉਹਨਾਂ ਦੇ ਯਾਰ ਦੋਸਤ ਦੀ ਭੈਣ ਨੂੰ ਛੇੜਿਆ ਗਿਆ ਸੀ। ਭਾਈ ਆਪਣੀ ਪਹਿਲਾਂ 8 ਮਹੀਨੇ ਪੁਰਾਣੀ ਰੰਜਿਸ਼ ਸੀ ਅਤੇ ਇਹਨਾਂ ਉਦੋਂ ਵੀ ਸਾਡੇ 'ਤੇ ਗੋਲੀਆਂ ਚੱਲੀਆਂ ਸੀ। ਇਹਨਾਂ ਦੇ ਥਰੂ ਪਰਚਾ ਵੀ ਹੈਗਾ ਵਾ ਇਹਨਾਂ 'ਤੇ 307 ਦਾ। ਇਹ ਬੰਦੇ ਭਗੌੜੇ ਨਾਂ ਦੇ, ਕੋਈ ਗ੍ਰਿਫਤਾਰੀ ਨਹੀਂ ਹੋਈ ਅੱਜ ਤੱਕ। ਅਤੇ ਅੱਜ ਫਿਰ ਕੋਈ ਗੱਲ ਹੋਈ ਆਪਣੀ ਉਹਨਾਂ ਨਾਲ ਅਤੇ ਇਹਨਾਂ ਨੇ ਸਿੱਧਾ ਘਰ ਦੇ ਬਾਹਰ ਆਏ, ਇਹਨਾਂ ਨੇ ਗੋਲੀਆਂ ਚਲਾ ਦਿੱਤੀਆਂ ਹੁੰਦੀਆਂ ਸੀ। ਕਿਹੜੇ ਬੰਦੇ ਆ? ਇਹ ਤੇਜਾ ਤੇਜਪ੍ਰੀਤ ਸਿੰਘ ਅੰਤਰ ਕਾਲੋਂ, ਜਗਰੂਪ ਸਿੰਘ, ਇੱਕ ਉਹਨਾਂ ਨੇ ਹੈਗਾ ਰਵੀ ਬਨੋਟ, ਵਿਨੇ ਭੋਲੂ, ਜਸਕਰਨ ਗਾਂਧੀ ਅਤੇ 4-5 ਜਾਣੇ ਹੋਰ ਹੀ ਆਪਣੇ ਉਹਨਾਂ ਨਾਲ। ਹਾਂਜੀ, ਗੋਲੀਆਂ ਕਾਕਰਾਂ ਦੇ ਸੋ ਵੱਡੀ ਅਤੇ ਕਾਕਰਾਂ ਦੀ ਬਿਲਕੁਲ ਨਾਲ ਦੀ ਗਲੀ 'ਚ। ਕਿੰਨੇ ਵਜੇ ਚੱਲੀਆਂ? ਵਾਤਾਵਰਨ ਬਾਈ 1.5 ਘੰਟੇ ਪਹਿਲਾਂ ਚੱਲੀਆਂ ਜੀ। ਗੋਲੀ ਲੱਗੀ, ਮੇਰੇ ਲੱਗੀ, ਇੱਕ ਇੱਕ ਮੁੰਡੇ 'ਤੇ ਲੱਗੀ ਆ, ਉਹਦੇ ਪੇਟ 'ਤੇ ਲੱਗੀ ਆ। ਖਲੋਤੇ ਕਾਕਾ ਰਾਮ ਦੇ ਗਲੀ ਅੰਦਰ ਅਤੇ ਇੱਕਦਮ ਪਤਾ ਨਹੀਂ ਕਿਹੜੇ ਮੁੰਡੇ ਆਏ, ਗੋਲੀਆਂ ਚਲਾ ਗਏ। ਕਿੰਨੇ ਬੰਦੇ? 15-20 ਜਾਣੇ ਹੈਗੇ ਜੀ। ਕਿਹੜੇ ਹਥਿਆਰ ਜੀ? ਪਿਸਤੌਲਾਂ ਫੜੀਆਂ ਇਹਨਾਂ ਨੇ। ਰੰਜਿਸ਼ ਸਾਡੀ ਕੋਈ ਵੀ ਨਹੀਂ। ਫਿਰ ਕਿਉਂ ਮਾਰਿਆ ਤੁਹਾਡੇ? ਮੈਨੂੰ ਆਪ ਨੂੰ ਕਿਸੇ ਦੀ ਲੜਾਈ ਹੋਈ ਸੀ ਅਤੇ ਆਪਾਂ ਤਾਂ ਖਲੋਤੇ ਹਾਂ ਅਤੇ ਉਹਨਾਂ ਨੇ ਆਉਂਦੇ ਸਿੱਧਾ ਗੋਲੀਆਂ ਮਾਰੀਆਂ। ਕੀ ਨਾਂ ਸੀ ਬੰਦਿਆਂ ਦਾ? ਅੰਤਰ ਹੋਣੀ ਸੀ ਅਤੇ ਲੱਲੋ ਰਿਗੇੜਦਾ ਸੀ ਕੋਈ। ਉੱਥੇ ਇਸ ਘਟਨਾ ਦੀ ਸੂਚਨਾ ਮਿਲਣ ਦੇ ਬਾਅਦ ਪੁਲਿਸ ਨੇ ਵੀ ਮੌਕੇ 'ਤੇ ਪਹੁੰਚ ਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਾਨੂੰ ਤਾਂ ਹੁਣ ਇਤਲਾਹ ਮਿਲੀ ਸੀਗੀ ਵੀ ਸੁਲਤਾਨ ਪਿੰਡ ਰੋਡ 'ਤੇ ਬ੍ਰਹਮਾ ਵਾਲੇ ਬਾਜ਼ਾਰ ਦੇ ਵਿੱਚ ਝਗੜਾ ਹੋਇਆ। ਅਸੀਂ ਮੌਕੇ 'ਤੇ ਗਏ ਸੀਗੇ ਅਤੇ ਉਹ ਬੱਚੇ ਜਿਹੜੇ ਸੀਗੇ ਇੱਥੇ ਆਪਣੇ ਸਿਲਸ ਤੋਂ ਲੈਂਦੇ ਇੱਥੇ ਆਏ ਆ ਕਾਰਵਾਈ ਕਰਨ ਵਾਸਤੇ। ਉਹਨਾਂ ਦਾ ਬਿਆਨ ਲੈ ਕੇ ਜਿਹੜੀ ਹੋਊਗੀ ਅੱਗੇ ਕਾਰਵਾਈ ਕਰਨ ਵਾਸਤੇ। ਕਿੰਨੇ ਬੰਦਿਆਂ ਦੀ ਗੋਲੀ ਲੱਗੀ? 2 ਬੰਦਿਆਂ ਦੀ ਲੱਗੀ ਹੋਈ। ਕਿੱਥੇ ਲੱਗੀ? ਇੱਕ ਦੇ ਹੱਥ 'ਤੇ ਲੱਗੀ, ਇੱਕ ਦੇ ਪੇਟ 'ਚ ਲੱਗੀ। ਕੀ ਨਾਮ ਬੰਦੇ ਨੂੰ ਚਲਾਈ? ਉਹਨਾਂ ਬਾਰੇ ਹਾਲੇ ਨਹੀਂ ਪਤਾ ਲੱਗਿਆ, ਉਹ ਦੱਸਣਗੇ ਜਿਹਦੇ ਵਿੱਚ ਬਿਆਨ ਦੇ ਵਿੱਚ ਜਿਵੇਂ ਆਉਣਗੇ ਉਹਨਾਂ ਬਤਾਓ ਤੁਹਾਨੂੰ ਵੀ ਦੱਸ ਦਿਆਂਗੇ। ਠੀਕ ਠੀਕ। ਪੂਰੇ ਪੰਜਾਬ 'ਚ ਖਾਸਕਰ ਅੰਮ੍ਰਿਤਸਰ ਦੇ ਇਲਾਕੇ 'ਚ ਗੁੰਡਾਗਰਦੀ ਦੀਆਂ ਘਟਨਾਵਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਨੇ ਅਤੇ ਹੁਣ ਤੱਕ ਲਗਾਤਾਰ ਵਾਪਰ ਰਹੀਆਂ ਘਟਨਾਵਾਂ ਤੋਂ ਇੱਕ ਜਾਪਦਾ ਹੈ ਕਿ ਇੱਥੇ ਪੁਲਿਸ ਅਤੇ ਪ੍ਰਸ਼ਾਸਨ ਕਿਤੇ ਨਾ ਕਿਤੇ ਵੱਧਦੇ ਜਾ ਰਹੇ ਕ੍ਰਾਈਮ ਨੂੰ ਰੋਕਣ 'ਚ ਅਸਫਲ ਹੁੰਦਾ ਨਜ਼ਰ ਆ ਰਿਹਾ ਹੈ। ਅੰਮ੍ਰਿਤਸਰ ਤੋਂ ਸੁਖਚੈਨ ਸਾਗਰ ਦੀ ਰਿਪੋਰਟ, ਡੇਲੀ ਪੋਸਟ। ਕੀ ਤੁਹਾਡਾ ਵੀ ਕੈਨੇਡਾ ਦਾ ਵੀਜ਼ਾ ਰਿਫਿਊਜ਼ ਹੋ ਚੁੱਕਾ ਹੈ ਜਾਂ ਤੁਹਾਡੇ ਆਈਲੈਟਸ ਵਿੱਚ ਘੱਟ ਬੈਂਡ ਕਰਕੇ ਤੁਹਾਡਾ ਕੈਨੇਡਾ ਵਿੱਚ ਦਾਖਲਾ ਨਹੀਂ ਹੋ ਪਾ ਰਿਹਾ? ਅਤੇ ਅੱਜ ਹੀ ਮਿਲੋ ਪਿਰਾਮਿਡ ਈ ਸਰਵਿਸਿਜ਼ ਦੀ ਐਕਸਪਰਟ ਟੀਮ ਦੇ ਨਾਲ, ਜੋ ਕਿ ਤੁਹਾਡੀ ਕੇਸ ਦੀ ਅਸੈਸਮੈਂਟ ਕਰਕੇ ਬੜੀ ਪਾਰਦਰਸ਼ਤਾ ਨਾਲ ਤੁਹਾਨੂੰ ਦੱਸ ਪਾਏਗੀ ਕਿ ਤੁਹਾਡੀ ਐਲੀਜੀਬਿਲਿਟੀ ਕਿਹੜੀ ਕੰਟਰੀ ਵਿੱਚ ਬਣ ਰਹੀ ਹੈ, ਅਗਰ ਕੈਨੇਡਾ ਵਿੱਚ ਬਣ ਰਹੀ ਹੈ ਤਾਂ ਕੀ ਰਿਕੁਆਇਰਮੈਂਟ ਹੈ। ਸੋ ਤੁਸੀਂ ਸਾਡੇ ਨਾਲ ਸੰਪਰਕ ਕਰੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਪੂਰਾ ਕਰੋ।